ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਾਸਟਰ 07 ਦੇ ਵਿੱਚ। ਪੰਜਾਬੀ ਮਾਸਟਰ ਕੇਡਰ ਦੇ ਨਾਲ ਸੰਬੰਧਿਤ ਲਗਾਤਾਰ ਵੀਡੀਓਸ ਅਸੀਂ ਅਪਲੋਡ ਕਰ ਰਹੇ ਹਾਂ ਜੀ ਆਪਣੇ ਚੈਨਲ ਦੇ ਉੱਪਰ। ਲੈਕਚਰ ਸੀਰੀਜ਼ ਅਤੇ MCQ ਸੀਰੀਜ਼ ਸਾਡੀ ਚੱਲ ਰਹੀ ਹੈ ਜੀ। 6000 MCQ ਦੀ ਸੀਰੀਜ਼ ਹੈ, ਉਹਦੇ ਵਿੱਚ ਪੰਜਾਬੀ ਕਿੱਸਾਕਾਰ, ਕਹਾਣੀਕਾਰ, ਗੁਰਮਤਿ ਕਾਵਿ, ਸੂਫੀ ਕਾਵਿ, ਪੰਜਾਬੀ ਵਾਰਤਕ, ਇਕਾਂਗੀਕਾਰ, ਨਾਟਕਕਾਰ, ਇਹਦੇ ਨਾਲ ਸੰਬੰਧਿਤ ਵੀਡੀਓਜ਼ ਅਸੀਂ ਅਪਲੋਡ ਕਰ ਚੁੱਕੇ ਹਾਂ ਜੀ ਆਲਰੇਡੀ। ਅਤੇ ਇਹ ਤੋਂ ਇਲਾਵਾ ਪੰਜਾਬੀ ਸਾਹਿਤ ਦੇ ਰੂਪ, ਪੰਜਾਬੀ ਸੱਭਿਆਚਾਰ, ਪੰਜਾਬੀ ਵਿਆਕਰਣ, ਲੋਕ ਸਾਜ, ਅਖਾਣਾਂ ਦੇ ਉੱਪਰ ਸਾਡੀਆਂ ਵੀਡੀਓਜ਼ ਹੈ ਜੀ। ਲੈਕਚਰ ਸੀਰੀਜ਼ ਦੇ ਵਿੱਚ ਕਿੱਸਾ ਪੂਰਨ ਭਗਤ, ਪੀਲੂ ਦਾ ਮਿਰਜ਼ਾ ਸਾਹਿਬਾਂ ਅਸੀਂ ਅਪਲੋਡ ਕਰ ਚੁੱਕੇ ਹਾਂ ਜੀ। ਅਤੇ ਅੱਜ ਜਿਹੜਾ ਅਸੀਂ ਕਰਨ ਜਾ ਰਹੇ ਹਾਂ ਜੀ ਉਹ ਹੈ ਹਾਫਿਜ਼ ਬਰਖੋਦਾਰ ਦੇ ਬਾਰੇ 'ਚ ਹੋਊਗਾ ਜੀ, ਇਹ ਜਿਨ੍ਹਾਂ ਨੇ ਮਿਰਜ਼ਾ ਸਾਹਿਬਾਂ ਔਰ ਸੱਸੀ ਪੁੰਨੂ ਯੂਸਫ ਜੁਲੈਖਾਂ ਦਾ ਕਿੱਸਾ ਲਿਖਿਆ ਹੈ। ਜੇ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ। ਜੇ ਕੋਈ ਤੁਹਾਡੀ ਰਿਕੁਆਇਰਮੈਂਟ ਹੁੰਦੀ ਕਿਸੇ ਤਰ੍ਹਾਂ ਦੀ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੀ ਈਮੇਲ ਆਈਡੀ ਹੁੰਦੀ ਹੈ ਜੀ, ਉੱਥੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਸਾਡੇ ਨਾਲ। ਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਤੋ ਅੱਜ ਸਾਡਾ ਕਿੱਸਾਕਾਰ ਰਹੇਗਾ ਜੀ ਹਾਫਿਜ਼ ਬਰਖੋਦਾਰ। ਹਾਫਿਜ਼ ਬਰਖੋਦਾਰ ਦੀ ਗੱਲ ਸ਼ੁਰੂ ਕਰਦੇ ਹਾਂ ਜੀ। ਬੜੇ ਇੰਪੋਰਟੈਂਟ ਕਿੱਸਾਕਾਰ ਹੈ ਜੀ ਪੰਜਾਬੀ ਸਾਹਿਤ ਦੇ ਵਿੱਚ। ਤੋ ਸਭ ਤੋਂ ਪਹਿਲੀ ਹੈ ਜੀ ਗੱਲ ਕਿ ਹਾਫਿਜ਼ ਜਿਹੜਾ ਉਹ ਪੀਲੂ ਤੋਂ ਪਿੱਛੋਂ ਹੋਇਆ, ਠੀਕ ਹੈ ਜੀ। ਪਹਿਲਾਂ ਜਿਹੜਾ ਪੀਲੂ ਦਾ ਸਮਾਂ ਸੀਗਾ, ਪੀਲੂ ਦਾ ਸਮਾਂ ਵੀ ਗੁਰੂ ਨਾਨਕ ਕਾਲ ਹੈ ਔਰ ਹਾਫਿਜ਼ ਬਰਖੋਦਾਰ ਦਾ ਸਮਾਂ ਵੀ ਗੁਰੂ ਨਾਨਕ ਕਾਲ ਹੈ। ਫਰਕ ਕੀ ਹੈ ਜੀ, ਜਿਹੜਾ ਪੀਲੂ ਹੈ ਉਹ ਅਕਬਰ ਔਰ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਹੈ, ਜਦੋਂ ਕਿ ਹਾਫਿਜ਼ ਬਰਖੋਦਾਰ ਜੋ ਹੈ ਉਹ ਔਰੰਗਜ਼ੇਬ ਦਾ ਸਮਕਾਲੀ ਸੀ। ਜਦੋਂ ਅਸੀਂ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਜੀ, ਤਾਂ ਦੋ ਹਾਫਿਜ਼ ਬਰਖੋਦਾਰ ਉਹਦੇ ਵਿੱਚ ਹਾਫਿਜ਼ ਬਰਖੋਦਾਰ ਨਾਮ ਦੇ ਦੋ ਜਿਹੜੇ ਕਿੱਸਾਕਾਰ ਹੈਗੇ ਉਹਨਾਂ ਦਾ ਜ਼ਿਕਰ ਮਿਲਦਾ। ਪਹਿਲਾ ਜੋ ਹੈ ਜੀ ਉਹ ਮੁਸਲਮਾਨੀ ਪਿੰਡ ਹੈ ਜੀ, ਮੁਸਲਮਾਨੀ ਵਾਲਾ ਪਿੰਡ ਹੈ ਜੀ, ਉੱਥੋਂ ਦਾ ਰਹਿਣ ਵਾਲਾ ਸੀਗਾ। ਔਰ ਦੂਜਾ ਜੋ ਹੈ ਉਹ ਤਖ਼ਤ ਹਜ਼ਾਰੇ ਦਾ ਰਹਿਣ ਵਾਲਾ। ਦੋ ਹੈਗੇ ਜੀ ਬਰਖੋਦਾਰ ਨਾਮ ਦੇ ਕਿੱਸਾਕਾਰ, ਇੱਕ ਮੁਸਲਮਾਨ ਪਿੰਡ ਦਾ ਹੈ, ਦੂਜਾ ਤਖ਼ਤ ਹਜ਼ਾਰੇ ਦਾ, ਠੀਕ ਹੈ ਜੀ। ਪਹਿਲਾ ਜੋ ਹਾਫਿਜ਼ ਬਰਖੋਦਾਰ ਹੈ ਉਹ ਔਰੰਗਜ਼ੇਬ ਦਾ ਸਮਕਾਲੀ ਹੈ, ਅਤੇ ਦੂਜਾ ਜਿਹੜਾ ਹੈਗਾ ਉਹ ਆਪਣੇ ਨਾਮ ਦੇ ਨਾਲ ਰਾਂਝਾ ਸ਼ਬਦ ਪ੍ਰਯੋਗ ਕਰਦਾ, ਪਰ ਉਹਦਾ ਸਮਾਂ ਜਿਹੜਾ ਹੈ ਪਹਿਲੇ ਹਾਫਿਜ਼ ਬਰਖੋਦਾਰ ਦੇ ਨਾਲੋਂ 100 ਸਾਲ ਮਗਰੋਂ ਦਾ ਹੈ। ਔਰ ਇਹ ਮੰਨਿਆ ਜਾਂਦਾ ਵੀ ਵਾਰਿਸ ਸ਼ਾਹ ਦਾ ਜਿਹੜਾ ਉਹ ਸਮਕਾਲੀ ਸੀਗਾ। ਤੋ ਹੁਣ ਤੱਕ ਅਸੀਂ ਕੀ ਸਮਝ ਰਹੇ ਹਾਂ ਜੀ ਕਿ ਦੋ ਕਵੀ ਹੈਗੇ ਜੀ ਬਰਖੋਦਾਰ ਨਾਮ ਦੇ, ਠੀਕ ਹੈ ਜੀ। ਇੱਕ ਆਪਣੇ ਨਾਲ ਰਾਂਝਾ ਸ਼ਬਦ ਲਾਉਂਦਾ, ਇੱਕ ਆਪਣੇ ਨਾਲ ਹਾਫਿਜ਼ ਸ਼ਬਦ ਲਾ ਰਿਹਾ ਜੀ। ਦੋਨਾਂ ਦੇ ਕਿੱਸੇ ਸੇਮ ਹੈ ਨਾ। ਇਹਦੇ 'ਚ ਬੜੀ ਇੰਟਰਸਟਿੰਗ ਚੀਜ਼ ਹੈ ਜੀ ਕਿ ਮਿਰਜ਼ੇ ਦਾ ਕਿੱਸਾ, ਮਿਰਜ਼ਾ ਸਾਹਿਬਾਂ ਜਿਹੜਾ ਹੈ, ਸੱਸੀ ਪੁੰਨੂ ਔਰ ਯੂਸਫ ਜ਼ੁਲੈਖਾ, ਇਹ ਤਿੰਨੋਂ ਹੀ ਕਿੱਸੇ ਜਿਹੜੇ ਆ ਉਹ ਦੋਵਾਂ ਦੇ ਮਿਲਦੇ ਆ। ਹਾਫਿਜ਼ ਰਾਂਝਾ ਜਿਹੜਾ ਉਹਦੇ ਵੀ ਰਾਂਝਾ, ਅਤੇ ਜਿਹੜਾ ਬਰਖੋਦਾਰ ਹਾਫਿਜ਼ ਬਰਖੋਦਾਰ ਔਰ ਬਰਖੋਦਾਰ ਰਾਂਝਾ, ਦੋਵਾਂ ਦੇ ਇਹ ਕਿੱਸੇ ਜਿਹੜੇ ਆ ਮਿਲਦੇ ਆ। ਔਰ ਦੋਨਾਂ ਦੀ ਰਚਨਾਵਾਂ ਜਿਹੜੀਆਂ ਹੈਗੀਆਂ ਜੀ, ਕਿੱਸੇ ਆਪਸ ਦੇ ਵਿੱਚ ਇੰਨੇ ਮਿਲੇ ਹੋਏ ਆ ਜੀ ਔਰ ਵੱਡੀ ਗਿਣਤੀ ਦੇ ਵਿੱਚ ਹੈਗੀਆਂ, ਇਹ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਿਲ ਹੋ ਗਿਆ ਜਿਹੜੇ ਵਿਦਵਾਨਾਂ ਦੇ ਲਈ, ਖੋਜਕਾਰਾਂ ਦੇ ਲਈ, ਕਿ ਇਹ ਕਿਹੜਾ ਕਿੱਸਾ ਕਿਸ ਬਰਖੋਦਾਰ ਦਾ ਲਿਖਿਆ ਹੋਇਆ ਜੀ। ਇਹਨਾਂ ਦੇ ਵਿੱਚ ਜਿਹੜੇ ਕਿੱਸੇ ਹੈ, ਔਰ ਦੂਜਾ ਹੈਗਾ ਇਸਲਾਮੀ ਸ਼ਰ੍ਹਾਂ ਦੀਆਂ ਪੁਸਤਕਾਂ, ਦੋਵਾਂ ਦੀਆਂ ਲਿਖੀਆਂ ਹੋਈਆਂ ਮਿਲ ਰਹੀਆਂ ਜੀ। ਇਸਲਾਮੀ ਜਿਹੜੇ ਕਾਨੂੰਨ ਹੁੰਦੇ ਜੀ ਇਸਲਾਮ ਧਰਮ ਦੇ, ਉਹਨੂੰ ਸ਼ਰ੍ਹਾਂ ਕਹਿੰਦੇ ਆ, ਉਹਦੇ ਨਾਲ ਸੰਬੰਧਿਤ ਹੈਗੀਆਂ। ਹੁਣ ਇਹ ਵਿਦਵਾਨਾਂ ਲਈ ਸਿਰਦਰਦੀ ਬਣਿਆ ਹੋਇਆ ਇਹ ਚੀਜ਼ ਕਿ ਕਿਹੜੇ ਨੂੰ ਪਹਿਲੇ ਦਾ ਮੰਨੀਏ ਔਰ ਕਿਹੜੇ ਨੂੰ ਰਾਂਝਾ ਬਰਖੋਦਾਰ ਦਾ ਮੰਨੀਏ, ਠੀਕ ਹੈ ਜੀ। ਤੋ ਪਹਿਲਾਂ ਅਸੀਂ ਗੱਲ ਸ਼ੁਰੂ ਕਰਦੇ ਹਾਂ ਜੀ ਹਾਫਿਜ਼ ਬਰਖੋਦਾਰ ਜੋ ਹੈ, ਇੱਥੇ ਥੋੜ੍ਹਾ ਮਿਸਪ੍ਰਿੰਟ ਹੈ ਜੀ, ਤੁਸੀਂ ਐਡਜਸਟ ਕਰ ਲੈਣਾ। ਹਾਫਿਜ਼ ਬਰਖੋਦਾਰ ਮੁਸਲਮਾਨੀ ਵਾਲਾ ਜੋ ਹੈ, ਉਹਦੇ ਬਾਰੇ ਵਿਚਾਰ ਕਰਨਾ ਢੁੱਕਮਾ ਹੈ ਜੀ ਕਿ ਉਹਦੇ ਕਿੱਸੇ ਹੈਗੇ ਜੀ ਮਿਰਜ਼ਾ, ਸੱਸੀ, ਯੂਸਫ, ਜੁਲੈਖਾ, ਠੀਕ ਹੈ ਜੀ। ਕਈ ਜਗ੍ਹਾ ਇਹ ਚੀਜ਼ ਹੈ ਵੀ ਦੋਨੇ ਜਿਹੜੇ ਕਿੱਸਾਕਾਰ ਉਹ ਅਲੱਗ ਨਹੀਂ ਸੀਗੇ, ਇੱਕੋ ਹੀ ਸੀਗੇ, ਇੱਕ ਹੀ ਜਿਹੜਾ ਕਿੱਸਾਕਾਰ ਹੈ ਉਹਦੇ ਦੋ ਨਾਮ ਹੈ, ਪਰ ਜ਼ਿਆਦਾਤਰ ਵਿਦਵਾਨ ਇਸ ਗੱਲ ਨੂੰ ਮੰਨਦੇ ਆ ਜੀ ਕਿ ਉਹ ਦੋ ਹੈ। ਇਹਦੇ ਉੱਪਰ ਖੋਜ ਚੱਲ ਰਹੀ ਹੈ ਹਲੇ, ਕੋਈ ਆਪਾਂ ਇਹਨੂੰ ਨਿਰਣਾ ਨਹੀਂ ਦੇ ਸਕਦੇ ਆਪਣੇ ਵੱਲੋਂ, ਪਰ ਤੁਹਾਡੀ ਨੌਲੇਜ ਦੇ ਲਈ ਇਹ ਜ਼ਰੂਰ ਚੀਜ਼ ਦਾ ਅਸੀਂ ਜ਼ਿਕਰ ਕਰਨਾ ਚਾਹਾਂਗੇ, ਠੀਕ ਹੈ ਜੀ। ਤੋ ਪਹਿਲਾ ਹੈ ਜੀ
हाफिज़ बरखोदार जो मुसलमानी पिंड वाला उहदी असीं गल करनी शुरू करन लगे हाँ जी। तो उन्हें जिहड़ा ना हाफिज़ बरखोदार पंजाबी का किस्साकार हैगा जी, और पीलू वर्गे किस्साकार दे पाए पूरनिया के उपर तुरिया है। पीलू वाला जिहड़ा किस्सा उहदे विच मुसलमानी पिंड का जिक्र है। हुण पूरनिया के उपर चलण का मतलब की हुंदा जी? पूरने शायद तुसीं इह शब्द नवां सुनिया होवेगा, ज़्यादातर जिहड़े अजकल बच्चे हैगे जी ओह कॉन्वेंट वगैरह या इस तरह प्राइवेट स्कूल के पढ़े हुए होंगे, उन्होंने पूरने शब्द का नहीं पता होता। पूरने क्या होंगे जी? जिदा तुम देखते हो एक अजकल वर्कबुक्स मिलती हैं जी बच्चों दी, डॉटेड थले लगे होंगे डॉट जिदा करसिव राइटिंग के लिए, वो बच्चे हेठा लिखिया चीज़ों के उपर लिखते हैं। पुराने जमाने के फट्टी के उपर लिखा जाता है, फट्टी दवात जिन्होंने कहने होंगे, फट्टी के उपर की सी जो अध्यापक सेगा थले पेंसिल के नाल लिख दिंदा सी, उपर बच्चे जड़े आ कलम के नाल उपर उपर लिखते सी, उन्हूं कहा जाता सी पूरनिया के उत्ते लिखना। मतलब जो चीज़ एक व्यक्ति ने पहला लिखी है दूजे ने उहदे उपर ही दूसरी चीज़ कर दिती। हुण जो चीज़ा पीलू ने करिया उही चीज़ा हाफिज़ बरखोदार ने उहदे उपर एज इट इज़ कर दिती है। ठीक है जी। कुछ उहदे विच मौलिक चीज़ा उहने जरूर दिखाइया अपने वालों ऐड करन की कोशिश की, कुछ पहलकदमियां कीतियां, पर जिहड़ा उह ज़्यादातर पीलू के पिछे चलिया यह मनिया जाता, वो उपर ही वो चल रहा है जिहड़ा उन्हें राह बनाया से। तो क्लीयर है जी। ये शाहजहां तो औरंगजेब का समकाली से, जदों के पीलू जिहड़ा सीगा वो अर्जन देव जी और अकबर और जहांगीर का समकाली मनिया गया। उहदा जन्म जी 1030 हिजरी के आस पास होया। हुण सन जिहड़े आ तीन तरह के होंगे जी, एक ईसा वाले जिहड़े ईसवी वाले आ, दूसरा जिहड़ा हैगे वह बिक्रमी संमत हैगा, तो तीजा जिहड़ा हिजरी सन है मुसलमान मुसलमानी जिहड़ा कैलेंडर हुंदा इस्लाम का उहदे अकॉर्डिंग जिहड़ा है वह हिजरी सन गिणिया जाता। ठीक है जी। क्योंकि जिहड़े किस्साकार है ज़्यादातर वह इस्लामिक परंपरा के नाल संबंध रखते हैं, फिर उन्होंने जिहड़े इतिहास मिलता वह इस ढंग दे नाल लिखिया होया जी। हाँ जी। उहदा नाम बरखोदार है जी, पर उन्हूं हाफिज़ कहा गया। हाफिज़ उन्हूं इसलिए कहा गया क्योंकि उन्हें कुरान शरीफ का हिफज़ किया होया सीगा। कुरान शरीफ की उन्हें जिदा एक अज तुम सुने ना पंजाबी दे विच एक ज्ञानी आप कह देंगे किसी ने जिहड़ा पंजाबी दा ज़्यादा पढ़िया लिखिया हुंदा सी, उन्हें एक ज्ञानी की डिग्री टाइप हुंदा सीगा पहले समय दे विच। तो इस तरह कुरान शरीफ के नाल संबंधित है उन्हूं हाफिज़ कहा गया। हाफिज़ तो पहला होए किस्सेकार जिन्हें भी सके ना, उन्होंने जिहड़ा काव्य वो सहज सुभा अंदाज सी, मतलब जिदा उन्होंने चंगा लगता सी उदा वो लिख देंगे सी। पर हुण जदों ये पीढ़ी आई हाफिज़ बरखोदार वाली, इन्हां दे लई क्या समस्या क्रिएट हो गई, इन्हां नूं लिखना पै गया किस ढंग दे नाल कि जिदा पहला चलिया आंदा, मतलब जिस ढंग नाल लोग सुन रहे आ सोच रहे आ इन्हां नूं उही चीज़ां अपने किस्से दे विच इनकलूड करनियां पै गईयां, अपने वालों चीज़ां इन्हां ने घट कीतियां, जिहड़ियां रिवायतां चल रही सीगियां उहदे करके फिर जिहड़े किस्से बाद दे विच आए वो रिवायती होण लग गए। मतलब जिस तरह की परंपरा रिवायत चली आ रही है ट्रेंड है उसी तरह का उन्होंने लिखना शुरू कर लिया। चलो जी, इदा ही फिर हाफिज़ बरखोदार का जिहड़ा वह रिवायती हैगा जी। तो उहदे किस्से की किस्म यह है भी मुसलमान जागीरदारां दे मन परचावे लई किस्से जिहड़े वह रचे जाण लगे। मतलब दो चीज़ां जी, एक जदों असीं दूजिआं नूं मुख रख के लिखदे हाँ किसी चीज़ नूं, एक है जदों असीं अपनी संतुष्टि दे लई अपने भावां नूं प्रगट करन दे लई लिखदे हाँ। पर जदों इह समां आया इहदे च की हो गया कि जिहड़े जागीरदार सके जिन्हों को किस्से सुनाने से उन्होंने को इनाम मिलते सी किस्सेकारां नूं कलाकारां नूं, तो ये क्या करते सी उस ढंग दे नाल चीज़ां नूं बना लेंदे सी। जे तुसीं कितें भांड हुंदे जिहड़े नकलां वगैरह करन वाले उन्होंने देखा होवे वह क्या करते हैं, जिस परिवार दे विच जाओगे जिस जगह जाओगे उस ढंग दीआं चीज़ां बनाउण दी कोशिश उन्हां दी रहिंदी है। अगे चलदे हां जी। फिर इत्थे अगे जिक्र आया जी कि उन्हें एक किस्सा कदों लिखिया जी, यूसुफ जुलैखां दा जो उहदा किस्सा सीगा उन्हें 1090 हिजरी के अपना किस्सा लिखिया, और इस किस्से के बदले नवाब जाफर खान ने उन्होंने इनाम दिता। ठीक है जी। जिहड़ी असी आ चीज़ की गल कर रहे थे जागीरदारां दे मन परचावे की, हुण किस्सा इदां दा लिखते हैं जिहदे नाल उन्होंने खुश हो जाए तो वह इनाम दे। हाफिज़ बरखोदार ने हाफिज़ बरखोदार ने पीलू के किस्से मिर्जा साहबा मुकम्मल किया। ठीक है जी। पीलू ने पहला किस्सा लिखा सी मिर्जा ते साहबा का, उन्होंने उहदे विच किते ना किते कोई कमी रह गई, कंप्लीट नहीं सी। जिदा असी शायद जे तुसी पीलू के किस्से वाली वीडियो नहीं देखी तो उन्होंने वीडियो जरूर देखो, फिर तुहानू इह वीडियो जिहड़ी है वह ज़्यादा अच्छे तरीके दे नाल समझ आएगी। उहदे विच की हैगा कि एंड दे विच जिथे मिर्जे की मौत हो जाती साहबा के बारे कोई कंसैप्ट क्लीयर नहीं करता कि बनिया साहबा दे नाल क्यों होया है ना। दूजा की है दोष जिहड़ा सारा ही साहबा के सिर के उपर दिता सीगा।
एक वीडियो के थले पीलू वाली दे नीचे एक बच्चे ने कमेंट कराया सी कि सर तुसी भी साहबा दे वल हैगे। तो बेटा किसी के वल होने की गल नहीं है, आप कोशिश साड़ी होंगी है कि आप जस्टिस में देखिए, है ना, किसी के साइड लैन की गल नहीं। आप मिर्जे की साइड लै रहे हैं या साहबा के भरावान की साइड लै रहे हैं, साहबा की साइड लें या आप रांझे की साइड लै रहे हैं हीर की, ऐसा साइड लैन वाली गल नहीं होगी। असल च की आप जस्टिस की गल करते हैं, पोइटिक जस्टिस इन कहा जाता अंग्रेजी के काव्यक न्याय, कि न्याय की है। ठीक है, उत्थे मैनू ये चीज़ महसूस होंगी है। मैं तो उन जो साहबा वाली सारी स्टोरी देखता मैं लगता रहा भी वह बेगुनाह है, वह कोई कसूर वो नहीं है, कसूर वह मिर्जे का मैं महसूस होंगे। अपने अपने विचार है, हो सकता तुम होर ढंग सोच रहे हो, पर मेरा इस तरह का विचार है। चलो अगे गल करा इस किस्से क्योंकि हाफिज ने मिर्जा साहबा का ही किस्सा लिखा। तो इन्हें क्या किया जी कि वो इस ढंग के नाल जो खाली जगह सी पीलू के किस्से इन्हें फिल किया जी, पूरा किया। पर वृतांत जरा ना दोनों का आपस के इस ढंग मिल गया कि पता ही नहीं चलता है पीलू की चीज़ है या हाफिज की, दोनों का आपस के मिक्स हो गया। ठीक है जी, ये किस्सा लोक किस्साकारी रवायती किस्साकारी का सुमेल है। ठीक है जी, दोनों चीज़ा ये है। हाफिज ने बाकी के किसी रवायती बाकी जिन्हें तो किस्से है वह भी जोड़े वह रवायती प्रकार के ही है जो रवायत चलिया ने। चलो अगे चलते हैं जी। पर भावें ने रवायती चीज़ा लिखिया पर इन्हें एक नवी पिरत पाई है। इस चीज़ को हम तुसी नोट करना जी, ये पेपर के नाल संबंधित क्वेश्चन है, ये प्रश्न जोड़ा है पेपर के आने वाला है, तुम ध्यान देना। किहड़ा किस्साकार है जी जिन्हें अपने किस्से का आरंभ मंगलाचरण के नाल नहीं किया? तो किस्साकार है हाफिज वरखोदार। हाफिज वरखोदार ने मिर्जा साहबा का जोड़ा किस्सा वह आरंभ मंगलाचरण नाल नहीं किया। जो असी किस्सों की गल करते हैं जी दमोदर की, तो या होर जिन्हें भी आप गल की सी पूर्ण भगत का जो किस्सा कादर यार की, असी पीलू वाला भी वो असी गल की कि जी शुरुआत है किस्से की होंगी है जी मंगलाचरण के नाल। पर हाफिज ने क्या किया इस रवायत को तोड़ के सीधा ही वह कितों शुरू करता, साहबा की सुंदरता तो गल शुरू करता। ठीक है जी, तो किहड़ा किस्सा है जी जिहदे च आरंभ मंगलाचरण नाल नहीं होया, वह है जी मिर्जा साहबा किहदा लिखिया होया हाफिज वरखोदार का। ठीक है जी, तो इहदा एक हिस्सा काफ़ी रोमांचक जिहड़ियां रोमांटिक चीज़ा है शोहां नाल लिखिया होया, इहदे विच करामात जादू टोने इस तरह दीयां शरीरक शक्तियां का वर्णन है, तो होनी नूं बलवान ताकत वजो उभारदा है। ठीक है जी, पीलू के किस्से विच की सीगा कि साहबा की जिहड़ी बेवफाई है तो मिर्जे के भरावां की अणहोंद है, उस चीज़ नूं मुख रख के किस्सा सी। पर जदों हाफिज ने किस्सा लिखा उन्हें किस चीज़ को लिखा कि मिर्जे की जिहड़ी होनी है वह इदा ही सी, उस होनी ने सारा कुछ इस तरह के नाल कर दिता। अच्छा जी, भावें जिहड़ा दोष उन्हें होनी दे सिर मड़न की कोशिश की है पर इसत्री की निंदा तो यह भी नहीं बच सकिया। ये मध्यकाल का जिन्ना भी साडा साहित है ना जी, मध गुरबाणी तो अलावा मध्यकाल दे विच ये चीज़ हैगी है कि जिहड़ा ब्लेम है जिहड़ा दोष है वह कितना ना कितने इसत्री के उपर लाने की कोशिश की जाती है, शायद इस्लामिक प्रभाव भी हो सकता। इस किस्म दीयां कमियां हुंदियां होया भी किस्सा जिहड़ा वह मिर्जाकार ना बन सकिया। ठीक है जी, वह मतलब फिर भी वह जिहड़ा है मिर्जे के उपर वो जिहड़ी चीज़ है वह नहीं जा सकी। वो तो अगला जी उन्हें किस्सा लिखा सीगा यूसुफ जुलैखा का। यूसुफ जुलैखा के किस्से दे विच की है कि यह पहला इदा का किस्सा जी जिहड़ा विदेशी पंजाबी दे विच लिखा गया, विदेशी किस्सा है, किस्सा कहानी बाहर दी है, पंजाब दे नाल संबंधित कहानी नहीं हैगी पर लिखा पंजाबी दे विच गया। पहली बारी यूसुफ जुलैखा के किस्से नाल क्या होया, पंजाबी किस्सों के उपर फारसी का प्रभाव पैन लग गया। ठीक है जी, तो यह भी तुहाडे पेपर का क्वेश्चन है जी, जड़िया चीज़ा असी हाईलाइट करते होंगे लैक्चर के उन्होंने उपर जरूर गौर दिया करो। तो पेपर के संबंधित है कि कड़े किस्से के नाल पंजाबी किस्साकारी दे विच फारसी का प्रभाव पैना शुरू होया, वो किस्सा सीगा जी यूसुफ जुलैखा का। ठीक है जी, किने लिखिया, हाफिज वरखोदार ने। साढ़े काव्य विषय वस्तु रचना विधि प्रसंग ये सारे जोड़े है फारसी किस्सा परंपरा के नाल भरपूर प्रयोग होने लग गया, मतलब बहुत सारिया चीज़ा फारसी दी आ गई, मतलब जो चीज़ा फारसी के होंदिया सी हुण इन्हां दे विच की है जी चीज़ के मौलिकता जी अपने वालों असी चीज़ा अलंकार करते सी बयान करते वह लोप हो गया, जिहड़ा उन्हां दे विच ऑलरेडी चल रही वो सारिया दे विच आ गई। हुण इहदे विच एक है नक्शिक वर्णन जिहड़ा है वह किया गया, नैन नक्शों का वर्णन,
ਮਤਲਬ ਉਹਦੇ ਅੱਖਾਂ ਕਿਸ ਤਰ੍ਹਾਂ ਦੀਆਂ, ਉਹਦਾ ਨੱਕ ਕਿਸ ਤਰ੍ਹਾਂ ਦਾ, ਉਹਦੇ ਅੰਗ ਕਿਸ ਤਰ੍ਹਾਂ ਦੇ, ਹੈ ਨਾ। ਹਾਫਿਜ਼ ਵਰਖੁਦਾਰ ਦੇ ਉੱਪਰ ਵੀ ਇਹ ਆਪਾਂ ਗੱਲ ਕੀਤੀ ਸੀ ਅਸ਼ਲੀਲਤਾ ਵਾਲੀ, ਤੋ ਇਹ ਅਸ਼ਲੀਲਤਾ ਦਾ ਜਿਹੜਾ ਆਰੋਪ ਹੈ ਉਹ ਹਾਫਿਜ਼ ਵਰਖੋਦਾਰ ਦੇ ਉੱਪਰ ਵੀ ਹੈ। ਉਹਦਾ ਕਿਹੜਾ ਕਿੱਸਾ ਜੀ, ਜਿਹੜਾ ਸੱਸੀ ਵਾਲਾ, ਖਾਸ ਕਰਕੇ ਸਾਹਿਬਾ ਦਾ ਵੀ ਉਹਦਾ ਇੱਦਾਂ ਦਾ ਵਰਣਨ ਮਿਲਦਾ ਹੈ ਜਿਹਦੇ ਵਿੱਚ ਉਹਦੇ ਅੰਗਾਂ ਦੀ, ਉਹਦੇ ਨੈਣ ਨਕਸ਼ਾਂ ਦੀ ਉਹ ਗੱਲ ਕਰਦਾ। ਸੁੰਦਰਤਾ ਤੋਂ ਗਾਂਹ ਜਾਣ ਦੀ ਗੱਲ ਹੈ ਨਾ, ਮਤਲਬ ਇੱਕ ਤਰ੍ਹਾਂ ਦੀ ਪਾਠਕ ਦੇ ਅੰਦਰ ਜਾਂ ਜਿਹੜੇ ਸੁਣਨ ਵਾਲੇ, ਕਿਉਂਕਿ ਉਦੋਂ ਇਹ ਗਾਏ ਜਾਂਦੇ ਸੀ ਕਿੱਸੇ, ਸਰੋਤਿਆਂ ਦੇ ਅੰਦਰ ਉਤੇਜਨਾ ਪੈਦਾ ਕਰਨ ਦੀ ਕੋਸ਼ਿਸ਼ ਇਹਨੂੰ ਕਿਹਾ ਜਾ ਸਕਦਾ। ਮੇਰੇ ਖਿਆਲ ਨਾਲ ਤੁਸੀਂ ਗੱਲ ਨੂੰ ਸਮਝ ਗਏ ਹੋਵੋਗੇ। ਤੋ ਹਾਫਿਜ਼ ਵਰਖੋਦਾਰ ਦੀ ਵਿਸ਼ੇਸ਼ਤਾ ਜਿਹੜੀ ਹੈ ਜੀ, ਤਿੰਨ ਗੱਲਾਂ ਕਰਕੇ ਹੈ। ਹੁਣ ਇਸ ਢੰਗ ਦਾ ਕੁਐਸਚਨ ਆਉਂਦਾ ਹੁੰਦਾ ਜੀ, ਜਿੱਦਾਂ ਤੁਸੀਂ ਜੇ ਸਾਡੀ ਜਿਹੜੀ ਕਿੱਸਾਕਾਰਾਂ ਦੇ ਉੱਪਰ ਕੁਐਸਚਨ ਸੀਰੀਜ਼ ਹੈ ਉਹਦੇ ਵਿੱਚ ਦੇਖਿਆ ਹੋਏਗਾ ਕਿ ਆਪਸ਼ਨ ਦੇ ਦਿੱਤੇ ਜਾਂਦੇ ਆ, ਉਹਨਾਂ ਵਿੱਚੋਂ ਪੁੱਛਿਆ ਜਾਂਦਾ ਇਹਨਾਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਹਾਫਿਜ਼ ਵਰਖੋਦਾਰ ਦੇ ਅੰਦਰ ਨਹੀਂ ਹੈ, ਹੈ ਨਾ। ਇਸ ਢੰਗ ਦੇ ਨਾਲ ਹੁੰਦਾ ਕਿਹੜੀ ਹੈ ਜੀ? ਪਹਿਲੀ ਹੈ ਮਿਰਜ਼ਾ ਸਾਹਿਬਾਂ ਦੇ ਕਿੱਸੇ ਵਿੱਚ ਕੁਝ ਬੁਨਿਆਦੀ ਪਰਿਵਰਤਨ ਕਰਕੇ ਕਹਾਣੀ ਨੂੰ ਸੰਪੂਰਨ ਕੀਤਾ ਉਹਨੇ। ਪੀਲੂ ਨੇ ਕੰਪਲੀਟ ਨਹੀਂ ਕੀਤਾ ਸੀ, ਇਹਨਾਂ ਨੇ ਕੰਪਲੀਟ ਕੀਤਾ। ਦੂਜਾ ਹੈ ਜੀ ਸੱਸੀ ਪੁੰਨੂ ਦਾ ਜਿਹੜਾ ਕਿੱਸਾ ਹੈ ਉਹਦੇ ਵਿੱਚ ਇੰਨੇ ਵੇਰਵੇ ਵਿੱਚ ਬਿਆਨ ਕੀਤਾ ਉਹਨੇ, ਲੰਬਾ ਡਿਟੇਲ ਦੇ ਵਿੱਚ ਉਹਨੂੰ ਦੱਸਿਆ ਹੈ। ਤੀਜਾ ਹੈ ਯੂਸਫ ਜੁਲੈਖਾ ਨੂੰ ਪਹਿਲੀ ਵਾਰੀ ਪੰਜਾਬੀ ਦਾ ਰੂਪ ਦਿੱਤਾ, ਠੀਕ ਹੈ ਜੀ। ਇਹ ਵਿਦੇਸ਼ੀ ਕਿੱਸਾ ਸੀਗਾ ਇਰਾਨੀ ਪਰੰਪਰਾ ਦਾ, ਉਹਨੂੰ ਪੰਜਾਬੀ ਦੇ ਵਿੱਚ ਉਹਨੇ ਲਿਖਿਆ। ਇਹ ਤਿੰਨ ਜਿਹੜੀਆਂ ਵਿਸ਼ੇਸ਼ਤਾਵਾਂ ਹਾਫਿਜ਼ ਵਰਖੋਦਾਰ ਦੀਆਂ ਹਨ। ਸ਼ੁਰੂ ਕਰਦੇ ਹਾਂ ਜੀ ਗੱਲ ਮਿਰਜ਼ਾ ਸਾਹਿਬਾ ਦਾ ਜੋ ਕਿੱਸਾ ਹੈ ਉਹਦੇ ਨਾਲ। ਤੋ ਮਿਰਜ਼ਾ ਸਾਹਿਬਾ ਦਾ ਇਹਦਾ ਜਿਹੜਾ ਕਿੱਸਾ ਹੈ ਜੀ ਉਹ ਬਿਲਕੁਲ ਪੀਲੂ ਤੋਂ ਪ੍ਰਭਾਵਿਤ ਹੈ, ਇਹਦੇ 'ਚ ਕੋਈ ਡਾਊਟ ਨਹੀਂ ਹੈ, 1% ਵੀ ਇਹਦੇ 'ਚ ਸ਼ੱਕ ਨਹੀਂ ਹੈਗੀ ਵੀ ਪੀਲੂ ਦੇ ਪ੍ਰਭਾਵ ਦੇ ਨਾਲ ਉਹਨੇ ਲਿਖਿਆ। ਜੋ ਕਹਾਣੀ ਦੀ ਰੂਪ ਰੇਖਾ ਹੈ, ਛੰਦ ਹੈ, ਸ਼ੈਲੀ ਹੈ, ਸਾਰੀ ਪੀਲੂ ਵਾਲੀ ਹੈ। ਉਹਨੇ ਵੀ ਸੱਦ ਕਾਵਿ ਰੂਪ 'ਚ ਲਿਖਿਆ ਸੀ, ਇਹਨੇ ਵੀ ਸੱਦ ਕਾਵਿ ਰੂਪ ਦੇ ਵਿੱਚ ਹੀ ਲਿਖਿਆ। ਹੁਣ ਇਹ ਕਿਆ ਕਹਿੰਦਾ ਹੈ ਵੀ ਸਾਹਿਬਾ ਜਿਹੜੀ ਹੈ ਨਾ, ਉਹ ਸਾਹਿਬਾ ਦੀ ਰੂਹ ਆਪਣੀ ਕਬਰ ਦੇ ਵਿੱਚੋਂ ਬਾਹਰ ਨਿਕਲ ਕੇ ਆਈ, ਉਹਨੇ ਜਾ ਕੇ ਪੀਲੂ ਦੀ ਕਬਰ 'ਤੇ ਪਹੁੰਚ ਗਈ, ਇੱਦਾਂ ਕਿੱਸੇ ਦੇ ਵਿੱਚ ਲਿਖਿਆ, ਸਮਝੋ ਇਸ ਗੱਲ ਨੂੰ। ਤੋ ਪੀਲੂ ਨੂੰ ਜਾ ਕੇ ਉਹਨੇ ਗਿਲਾ ਕੀਤਾ ਕਿ ਪੀਲੂ ਬਈ ਤੂੰ ਕਿੱਸਾ ਲਿਖਿਆ ਪਰ ਮੇਰੇ ਨਾਲ ਨਿਆਂ ਨਹੀਂ ਕੀਤਾ, ਮੇਰੇ ਨਾਲ ਜ਼ਾਬਤੀ ਕਰ ਗਿਆ। ਤੋ ਪੀਲੂ ਨੇ ਫਿਰ ਇੱਕ ਕਾਗ ਨੂੰ, ਕਾਗ ਦਾ ਮਤਲਬ ਹੈ ਕਰੋ ਕਾਂ, ਕਾਗ ਨੂੰ ਕਿਹਾ ਕਿ ਬਈ ਤੂੰ ਹਾਫਿਜ਼ ਵਰਖੋਦਾਰ ਦੇ ਕੋਲ ਜਾ, ਉਹਨੂੰ ਕਹਿ ਵੀ ਤੂੰ ਹੁਣ ਇਸ ਢੰਗ ਦਾ ਕਿੱਸਾ ਲਿਖੀ ਵੀ ਜਿਹੜਾ ਸਾਹਿਬਾ ਦੇ ਨਾਲ ਨਿਆਂ ਹੋ ਜਾਵੇ, ਠੀਕ ਹੈ ਜੀ। ਹੁਣ ਇਹ ਉਹਨੇ ਇਸ ਢੰਗ ਦੇ ਨਾਲ ਇਹਨੂੰ ਕਿੱਸੇ ਨੂੰ ਸ਼ੁਰੂਆਤ ਕਰਦਾ, ਮਤਲਬ ਇਹ ਚੀਜ਼ ਦੱਸਦਾ ਵੀ ਮੈਨੂੰ ਜੀ ਇੱਦਾਂ ਦਾ ਹੋਇਆ, ਉਹ ਪੀਲੂ ਵਾਲਾ ਜਿਹੜਾ ਕਾਂ ਆਇਆ ਸੀ ਉਸ ਕਾਂ ਦੇ ਕਰਕੇ ਮੈਂ ਇਹ ਕਿੱਸਾ ਲਿਖਿਆ। ਆਪਾਂ ਕਾਦਰ ਯਾਰ ਵਾਲੇ 'ਚ ਗੱਲ ਕੀਤੀ ਸੀ ਕਿ ਮੱਧ ਕਾਲ ਦੀ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹਨਾਂ ਦੇ ਉੱਪਰ ਅੱਜ ਵਿਸ਼ਵਾਸ ਹੋਣਾ ਮੁਸ਼ਕਲ ਹੈ, ਪਰ ਜਿੱਥੇ ਤੁਸੀਂ ਹਿੰਦੀ ਦੀ ਕਹਾਵਤ ਸੁਣੀ ਹੋਊਗੀ ਕਿ ਜਹਾਂ ਨਾ ਪਹੁੰਚੇ ਰਵੀ ਬਾਹ ਪਹੁੰਚੇ ਕਵੀ, ਕਵੀ ਜਿਹੜੇ ਆ ਉਹਨਾਂ ਦੀ ਕੋਈ ਲਿਮਿਟ ਨਹੀਂ ਹੁੰਦੀ, ਉਹ ਕਿਤੇ ਤੋਂ ਕਿਤੇ ਪਹੁੰਚ ਸਕਦੇ, ਠੀਕ ਹੈ ਜੀ। ਤੋ ਹਾਫਿਜ਼ ਵਰਖੋਦਾਰ ਵੀ ਪਹੁੰਚ ਗਿਆ ਕਾਂ ਦੇ ਕੋਲ, ਜਾਂ ਕਾਂ ਪਹੁੰਚ ਗਿਆ ਹਾਫਿਜ਼ ਵਰਖੋਦਾਰ ਦੇ ਕੋਲ। ਚਲੋ ਜੀ ਅੱਗੇ ਗੱਲ ਕਰਦੇ ਹਾਂ। ਤੋ ਉਹਨੇ ਲਿਖਿਆ ਜੀ ਕਿੱਸੇ ਦੇ ਵਿੱਚ ਅੱਗੋਂ ਪੀਲੂ ਚੜ ਬੋਲਿਆ ਕਾਗਾ, ਇੱਦਾਂ ਦੀਆਂ ਚੀਜ਼ਾਂ ਹੈਗੀਆਂ। ਹੁਣ ਚਲੋ ਆਪਾਂ ਬਾਹਲੀ ਡਿਟੇਲ 'ਚ ਨਹੀਂ ਜਾਂਦੇ, ਉਹਦੇ ਨਾਲ ਕੀ ਹੋਏਗਾ ਵੀਡੀਓ ਜਿਹੜੀ ਹੈ ਲੰਬੀ ਹੋ ਜਾਏਗੀ। ਤੋ ਮੁਸਲਮਾਨੀ ਔਰ ਬਾਕੀ ਰੰਗ ਢੰਗ ਪੀਲੂ ਵਾਲਾ ਹੀ ਹੈ ਸਾਰਾ, ਜਿੱਦਾਂ ਦੱਸਿਆ ਸੀਗਾ ਕਿ ਉਹ ਪਰਿਵਾਰਕ ਜਿਹੜੀਆਂ ਰਸਮਾਂ ਹੈਗੀਆਂ, ਸਾਹਿਬਾ ਦਾ ਪਰਿਵਾਰ ਹੈ ਜਾਂ ਮਿਰਜ਼ੇ ਦਾ। ਹੁਣ ਉਹਦੇ 'ਚ ਇੱਕ ਗੱਲ ਸੀਗੀ ਕਿ ਜਿਹੜੀ ਸਾਹਿਬਾ ਹੈ ਉਹ ਮਿਰਜ਼ੇ ਦੇ ਮਾਮੇ ਦੀ ਲੜਕੀ ਹੈ, ਠੀਕ ਹੈ ਜੀ। ਹੁਣ ਇਹ ਸਾਰਾ ਰੰਗ ਜਿਹੜਾ ਮੁਸਲਮਾਨੀ ਇਹਦੇ ਉੱਪਰ ਹੈਗਾ, ਤੁਸੀਂ ਸਮਝ ਗਏ ਹੋਵੋਗੇ ਕਿ ਜਿਹੜੇ ਹਿੰਦੂ ਰਿਵਾਇਤਾਂ ਜਾਂ ਉਹਨਾਂ ਦੇ ਵਿੱਚ ਇਸ ਢੰਗ ਦੀ ਕਬੂਲ ਨਹੀਂ ਹੁੰਦੀਆਂ ਚੀਜ਼ਾਂ। ਅੱਗੇ ਚੱਲਦੇ ਹਾਂ ਜੀ। ਕਈ ਪੰਕਤੀਆਂ ਪੀਲੂ ਵਾਲੀਆਂ ਥੋੜ੍ਹੀ ਅਦਲਾ ਬਦਲੀ ਦੇ ਨਾਲ ਉਹਨੇ ਮੁੜ ਕੇ ਲਿਆਂਦੀਆਂ, ਮਤਲਬ ਲਾਈਨਾਂ ਉਹੀ ਪੀਲੂ ਦੀਆਂ ਸੀਗੀਆਂ, ਮਾੜਾ ਮੋਟਾ ਉਹਨੂੰ ਚੇਂਜ ਕਰਕੇ ਐਜ਼ ਇਟ ਇਜ਼ ਉਹਨੇ ਲਿਖ ਦਿੱਤਾ। ਤੋ ਕੋਸ਼ਿਸ਼ ਕਰਾਂਗੇ ਜੇ ਅੱਗੇ ਡਿਟੇਲ ਵੀਡੀਓ ਬਣੀ ਤਾਂ ਮੈਂ ਦੋਨਾਂ ਨੂੰ ਕੰਪੈਰੀਜ਼ਨ ਕਰਕੇ ਵੀ ਦੱਸੂੰਗਾ, ਦੋਨਾਂ ਕਿੱਸਿਆਂ ਨੂੰ, ਇੱਕ ਸਾਈਡ ਪੀਲੂ ਦਾ, ਦੂਜੀ ਸਾਈਡ ਹਾਫਿਜ਼ ਵਰਖੋਦਾਰ ਦਾ, ਦੋਵੇਂ ਕਿੱਸੇ ਤੁਹਾਡੇ ਸਾਹਮਣੇ ਕੰਪੇਅਰ ਕਰਾਂਗੇ, ਕੋਸ਼ਿਸ਼ ਰਹੇਗੀ। ਹਾਂਜੀ ਅੱਗੇ ਹੈ ਜੀ। ਪੀਲੂ ਦਾ ਕਿੱਸਾ ਅਧੂਰਾ ਹੈ ਜੀ, ਪਰ ਇਹਨੇ ਕਿੱਸੇ ਨੂੰ ਪੂਰਾ ਕਰ ਦਿੱਤਾ। ਇਹਨੇ ਪਹਿਲੀ ਵਾਰੀ ਕਿੱਸਾ ਨਾਇਕਾ ਦੀ ਸੁੰਦਰਤਾ ਦੇ ਵਰਣਨ ਨਾਲ ਸ਼ੁਰੂ ਕੀਤਾ, ਜਿੱਦਾਂ ਪਹਿਲਾਂ ਗੱਲ ਹੋਈ ਸੀ ਸਾਡੀ ਕਿ ਪਹਿਲਾਂ ਇਹ ਐਸਾ ਕਿੱਸਾਕਾਰ ਹੈ ਜੀ ਜਿਹਨੇ ਕਿੱਸਾ ਸ਼ੁਰੂ ਕੀਤਾ ਨਾਇਕਾ ਜਿਹੜੀ ਹੈਗੀ ਹੀਰੋਇਨ ਉਹਦੇ ਵਰਣਨ ਦੇ ਨਾਲ, ਠੀਕ ਹੈ ਜੀ। ਸੁੰਦਰਤਾ ਦਾ ਇੱਥੇ ਮਿਸਪ੍ਰਿੰਟ ਹੈ, ਤੁਸੀਂ ਸਮਝ ਲੈਣਾ, ਵਰਣਨ ਦੇ ਨਾਲ ਸ਼ੁਰੂ ਕੀਤਾ, ਕੋਈ ਮੰਗਲਾਚਰਨ ਨਹੀਂ ਲਿਖਿਆ। ਬਾਕੀ ਕਿੱਸਾਕਾਰ ਜਿਹੜੇ ਉਹ ਮੰਗਲਾਚਰਨ ਤੋਂ ਸ਼ੁਰੂ ਕਰਦੇ ਸੀ। ਅਤੇ ਦੂਜੀ ਵੱਡੀ ਦੇ ਵਿੱਚ ਖੂਬੀ ਆਈ ਹੈ ਜੀ ਜਿਹੜੀ ਕਿੱਸਾ ਜਦੋਂ ਪੀਲੂ ਦੇ ਨਾਲ ਇਹਦਾ ਫਰਕ ਜਿਹੜਾ ਉਹ ਦੱਸ ਰਹੇ ਹਾਂ। ਦੂਜਾ ਹੈਗਾ ਕਿ ਇਹਦੇ ਵਿੱਚ ਮਨੁੱਖੀ ਭਾਵਾਂ ਦੇ ਨਾਲ ਕੁਦਰਤ ਨੂੰ ਵੀ ਸ਼ਾਮਿਲ ਕੀਤਾ, ਕਿਆ ਜਿਹੜੇ ਪਸ਼ੂ ਪੰਛੀ ਹੈ, ਬਨਸਪਤੀ ਹੈ, ਦਰਖਤ ਹੈ, ਜਦੋਂ ਨਾਇਕ ਜਾਂ ਨਾਇਕਾ ਜਿਹੜੇ ਪਾਤਰ ਮਨੁੱਖ ਹੈਗੇ ਉਹ ਖੁਸ਼ ਹੁੰਦੇ ਆ ਤਾਂ ਬਨਸਪਤੀ ਉਸ ਢੰਗ ਦਾ ਸ਼ੋਅ ਕਰਦਾ ਉਹਨੂੰ ਵੀ ਉਹ ਵੀ ਖੁਸ਼ ਹੈ, ਜਦੋਂ ਉਹ ਰੋਂਦੇ ਆ, ਕੋਈ ਲਾਉਂਦੇ ਆ, ਕੋਈ ਡੈਥ ਹੋ ਜਾਂਦੀ, ਉਹ ਸਾਰਾ ਪ੍ਰਭਾਵ ਕੁਦਰਤ ਦੇ ਉੱਪਰ, ਪਸ਼ੂ ਪੰਛੀਆਂ ਦੇ ਉੱਪਰ, ਬਨਸਪਤੀ ਦੇ ਉੱਪਰ ਵੀ
किस्साकार दिखाने की कोशिश करता है। तो एक जी पहला सी चीज़ कही थी, इन्हें क्या चीज़ की है कि होनी की कठोरता दसी कि मिर्जे की होनी है जी। होनी क्या करती, अपने भरावान नाल नहीं लैके जाता, फिर वह साहबान हम लैके आ रहा। कितनी क्रिटिकल सिचुएशन है स्टोरी दे विच के नैचुरल गल है भी जो साहबा का मंगेतर है वो भरा है सारा वह पिछा करूंगे, फिर भी देखो किन्ना वो केयरलैस के तौर पर आके रस्ते दे विच जिदा स्टोरी दे विच है कि वह सौ गया उ है ना। सोना जो कि लापरवाही वाली गल है, उन्होंने तो जल्दी पहुँचना चाहिए सगा अपने घर। तो यह सारिया चीज़ा की क्रिएट कर दी कि वो होनी इस तरह की है कि उन्हें मारिया ही जाना, उसलिए सारिया सिचुएशन ये तैयार हो रही है। तो इसत्री की बेपरवाही भी उन्हें रखा है, पर यह उपविशा है ठीक है जी। जिहड़ा पीलू वाला वो सेंटर दे विच रखी सी चीज़ इन्हें रखी है, पर उपविशे के रूप के है जिन्ह की चर्चा पीलू वाग इन्हें की है, पर की किस तरह ना दब्बे सुर के गल लुको के की। तो एक होर इत चीज़ है जी, इश्क के मुकाबले जी दानिशमंदा की पत्त है, पत्त का मतलब होंगे जी इज्जत, वो ज़्यादा गौरव वाली वस्तु है। मतलब हम जो किसी का प्यार है जिदा साहबा और मिर्जा का, वो कि चीज़ की इंपोर्टेंस ज़्यादा है, जी माँ बाप की इज्जत है भी थोड़ी कुड़ी वो निकल के जरेगी उन्हें लव मैरिज कर ली है ना, ज इस तरह के हम आप शब्द ना यूज़ करिए, समझ गए होंगे कि वो मुकाबले किस चीज़ की इंपोर्टेंस ज़्यादा है, जी पेरेंट्स की इज्जत है समाज के दानिशमंदा की पत्त है वो जी है ज़्यादा इंपोर्टेंस दिती गई है ना। किस्से दे विच लाइन है कि लखी हाथ ना आवही दानिशमंदा की पत्त। तो मिर्जा साहबा का तुम समझ गए जी किस्सा। अगला है जो हाफिज बरखोदार ने लिखा वह है जी सस्सी पुन्नू का किस्सा। तो यदि गल करते हैं जी, तो यह भी जी किस्सा पहली बारी हाफिज की कलम नाल पंजाबी दे विच इन्हें जड़ा फड़िया। किस्सा पहला भी सीगा पंजाबी दे विच, पर यह इन्ना मकबूल नहीं सी, मशहूर नहीं सीगा। पहली बारी इन्हें जड़ा कदों फड़िया, जदों इन्हू हाफिज ने बरखोदार ने इन्हू लिखिया। इहदा कारण की है जी, सरल ठेठ भाषा हैगी, लोक उक्तियां उहदे विच इदां दीआं हैगीआं, लिखण लिख सकण दा सेहरा है जी, सेहरा लिखिआ गिआ, सॉरी मिसप्रिंट है, इहनू सेहरा पढ़ना तुसीं है ना। इह बरखोदार नूं ही जांदा, उहने सेर सरल ठेठ भाषा दे विच इहनू लिखिआ हैगा, ते उहदों बिना लोक शैली दा उहदा पक्ष है। तो इस चीज़ नूं उहनू उस्ताद कवी सिद्ध कीता है। सस्सी पुन्नू दी कहानी नूं इन्ना रोमांटिक रंग नहीं दित्ता गिआ ठीक है जी, इन्नी एक कहानी जिहड़ी रोमांटिक नहीं है, करुणा इहदे विच ज़्यादा है। सस्सी का जरा दुख दर्द उन्होंने ज़्यादा बयान किया गया, रोमांटिक जरा आंसर वो घट है, यथार्थवादी ज़्यादा रखा गया। तो उस तरह है जी, जदों हाफिज बरखोदार की विशेषता है, तुम यह याद रखना पेपर के नज़रिए तो, कि जदों भी ये हाफिज बरखोदार के किस्से है उन्होंने पशु पंछी प्रकृति जी है ना, वो द्रव तव भरिया, द्रव तव मतलब होंगे द्रव का अर्थ होंगे तरल लिक्विड पिघलना, जिदा कोई चीज़ किसी को देख के पिघल जाती है ना, इस तरह पशु पंछी जो बनस्पति है प्रकृति है वह रोना विरलाप के शामिल होंगे है ठीक है जी। तो थोड़ा जहा पेपर न संबंधित होर चीज़ है जी, किस्सा कदों लिखा गया 1758 के, कुल किन्ने बंद है जी 51, और यह किस्सा कंप्लीट नहीं मिल रहा, पूरा नहीं है, 51 बंद ये मिलते हैं जोड़े हूँ तक है गए, पर उन्होंने कंप्लीट नहीं किया जा सकता। एक चीज़ होर है जी, सस्सी के नाल जो मातम है जी जानवरों का, पहाड़ों का, मोर है ना, यह सारिया चीज़ा जोड़ियाँ वो दुखी होंगे जदों सस्सी के उपर मुसीबत आती है ठीक है जी। तुम समझ गए सारी गल ठीक है जी। अगे है आखिरी और तीसरा जो किस्सा है हाफिज बरखोदार का, वह है यूसुफ जुलैखा का किस्सा। तो असल दे विच हाफिज दे दो किस्से उन्हें उपर वाले लिखे है, पर उसकी प्रसिद्धि जी कहदे करके है, यूसुफ जुलैखा करके है, इत मिसप्रिंट है जी सॉरी। तो यूसुफ जुलैखा ने करके उसकी प्रसिद्धि जी है हुई है। हुण इह किस्सा लिया कित्थों है, इहदा बैकग्राउंड की है किस्से का, यह कुरान शरीफ के जिक्र है जी सूरत यूसुफ के नाम हेठ ठीक है जी। ये प्रश्न है जी थोड़ा बन सकता पेपर के नाल संबंधित, किहड़े किस्से का जिक्र कुरान शरीफ के अंदर भी है, सूरत यूसुफ का नाम तो उन्होंने किस रूप से लिखा गया यूसुफ जुलैखा के हाफिज बरखोदार ने। कुरान के कहा गया जी एहनुल कसिस, एहनुल कसिस का अर्थ है सारिया कथावां तो श्रेष्ठ कथा ठीक है जी। अगे चलते हैं, हाफिज पहली बारी पंजाबी साहित्य विच एक विदेशी किस्से लैके आया, उपर गल हुई सी साडी पहला इदां दा कवि है, तो विदेशी किस्से की धारा इन्हें शुरू करिया पंजाबी दे विच, उस तों बाद फिर एक ट्रेंड बन गया सी विदेशी किस्सों का पंजाबी दे विच। तो
ਇਹ ਕਿੱਸਾ ਜਿਹੜਾ ਉਹ ਫਾਰਸੀ ਤੋਂ ਪੰਜਾਬੀ ਵਿੱਚ ਆਇਆ, ਕਲੀਅਰ ਹੀ ਹੈ, ਪਤਾ ਹੀ ਹੈ, ਜੋ ਜ਼ਿਆਦਾ ਇਹਨੂੰ ਰਿਪੀਟ ਕਰਨ ਦੀ ਲੋੜ ਨਹੀਂ ਹੈ। ਤੋ ਇਸ ਪਹਿਲੀ ਵਾਰੀ ਇਹ ਪਹਿਲ ਕਦਮੀ ਮਤਲਬ ਫਸਟ ਸਟੈਪ ਜਿਹੜਾ ਕਿ ਇਹਨੇ ਚੱਕਿਆ, ਹਾਫਿਜ਼ ਵਰਖੋਦਾਰ ਨੇ ਇਹਦਾ ਹੱਕਦਾਰ ਬਣਿਆ। ਪਰ ਦਿੱਕਤ ਕਿਆ ਹੋਈ ਇਹਦੇ ਵਿੱਚ, ਕਿੱਸੇ ਦੇ ਵਿੱਚ ਦਿੱਕਤ ਇਹ ਹੋਈ ਹੈ ਕਿ ਪੰਜਾਬੀ ਪਾਠਕਾਂ ਨੂੰ ਆਪਣੇ ਵੱਲ ਨਹੀਂ ਖਿੱਚ ਸਕਿਆ। ਕਿੱਸਾ ਬਹੁਤ ਸ਼ਾਨਦਾਰ ਹੈ, ਅੱਛਾ ਲਿਖਿਆ ਉਹਨੇ, ਪਰ ਹੁਣ ਕਿਉਂਕਿ ਜਿਹੜਾ ਕਿੱਸੇ ਦਾ ਵਾਤਾਵਰਨ ਹੈ, ਇਨਵਾਇਰਮੈਂਟ ਹੈ, ਜੋ ਸਟੋਰੀ ਹੈ, ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ, ਉਹ ਜਿਹੜੇ ਸਧਾਰਨ ਲੋਕ ਆ ਉਹਨਾਂ ਦੇ ਜੀਵਨ ਦੇ ਨੇੜੇ ਤੇੜੇ ਦੀਆਂ ਨਹੀਂ ਹੈਗੀਆਂ। ਪੰਜਾਬੀ ਜਿਹੜੇ ਆ ਇਸ ਤਰ੍ਹਾਂ ਦੇ ਨਾਇਕ ਨੂੰ ਆਪਣੇ ਜੇ ਅਸੀਂ ਕਹੀਏ ਉਹ ਆਪਣੇ ਵਿੱਚ ਦਾ ਮਹਿਸੂਸ ਉਹਨੂੰ ਨਹੀਂ ਕਰਦੇ, ਇਸ ਲਈ ਉਹ ਇੰਨਾ ਇੰਪੋਰਟੈਂਸ ਇਸ ਕਿੱਸੇ ਨੂੰ ਨਹੀਂ ਦਿੱਤੀ ਗਈ, ਲੋਕਾਂ 'ਚ ਪਾਠਕਾਂ ਨੂੰ ਨਹੀਂ ਖਿੱਚਿਆ। ਜਿੱਦਾਂ ਅਸੀਂ ਗੱਲ ਕੀਤੀ ਸੀ ਪੂਰਨ ਭਗਤ ਦਾ ਜੋ ਕਿੱਸਾ ਹੈ, ਉਹਨੇ ਸਧਾਰਨ ਲੋਕਾਂ ਨੂੰ ਆਪਣੇ ਵੱਲ ਖਿੱਚਿਆ। ਮਿਰਜ਼ੇ ਦੀ ਗੱਲ ਹੈ, ਪੰਜਾਬੀ ਲੋਕ ਇਹ ਮਹਿਸੂਸ ਕਰਦੇ ਜੀ ਸਾਡੀ ਸ਼ੂਰਵੀਰਤਾ, ਸਾਡੀ ਬਹਾਦਰੀ ਦੀ ਗੱਲ ਹੈ। ਜੋ ਰਾਂਝੇ ਦਾ ਕਿੱਸਾ ਹੈ, ਉਹਦਾ ਜੋਗੀ ਹੋਣਾ, ਉਹ ਮੱਝਾਂ ਚਾਰਨਾ, ਉੱਥੇ ਚਾਕ ਬਣ ਕੇ ਕੰਮ ਕਰਨਾ, ਉਹ ਰੂਟੀਨ ਜੋ ਪੰਜਾਬੀ ਜੀਵਨ ਹੈ ਉਹਦੀਆਂ ਸਾਰੀਆਂ ਝਲਕਾਂ ਉਹਦੇ ਵਿੱਚ ਨਜ਼ਰ ਆਉਂਦੀਆਂ। ਉਹਨਾਂ ਚੀਜ਼ਾਂ ਦਾ ਪ੍ਰਭਾਵ ਜਿਹੜਾ ਉਹ ਪੰਜਾਬੀ ਲੋਕਾਂ ਨੂੰ ਆਪਣੇ ਵੱਲ ਖਿੱਚ ਸਕਿਆ, ਪਰ ਯੂਸਫ ਜੁਲੈਖਾਂ ਦੇ ਵਿੱਚ ਇਹ ਚੀਜ਼ ਨਹੀਂ ਹੋ ਸਕੀ। ਇਹਦੀ ਭਾਸ਼ਾ ਕਿਹੋ ਜਿਹੀ ਜੀ ਹੈ? ਫਾਰਸੀ ਲੱਦੀ ਹੋਈ ਹੈ। ਹੁਣ ਕਲੀਅਰ ਗੱਲ ਹੈ ਜੀ, ਫਾਰਸੀ ਲੱਦੀ ਹੋਊਗੀ ਫਿਰ ਪੰਜਾਬੀ ਜਿਹੜੇ ਆ ਉਹਨਾਂ ਨੂੰ ਸਮਝ ਨਹੀਂ ਆਉਣੀ ਗੱਲਾਂ, ਅੱਧੇ ਸ਼ਬਦ ਇੱਦਾਂ ਦੇ ਹੋਣੇ ਜਿਹੜੇ ਉਹਨਾਂ ਦੇ ਉੱਪਰੋਂ ਦੀ ਜਾਣੇ, ਕਿਉਂਕਿ ਉਸ ਸਮੇਂ ਐਜੂਕੇਸ਼ਨ ਵੀ ਇੰਨੀ ਜ਼ਿਆਦਾ ਨਹੀਂ ਸੀਗੀ। ਹੁਣ ਜਿਹੜੇ ਫਾਰਸੀ ਦੇ ਸ਼ਬਦ ਆਮ ਲੋਕਾਂ ਦੇ ਵਿੱਚ ਘੁਲੇ ਮਿਲੇ ਆ, ਰਚੇ ਹੋਏ ਸੀ, ਉਹਨਾਂ ਨੂੰ ਤਾਂ ਸਮਝ ਸਕਦੇ ਆ, ਪਰ ਜੇ ਤੁਸੀਂ ਜ਼ਿਆਦਾ ਵਿਦਵਤਾ ਵਾਲੇ ਸ਼ਬਦਾਂ ਦੀ ਵਰਤੋਂ ਕਰੋਗੇ ਸਧਾਰਨ ਲੋਕਾਂ ਦੇ ਸਮਝ ਦੇ ਵਿੱਚ ਉਹ ਨਹੀਂ ਆਉਣਗੇ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਡਾਕਟਰ ਮੋਹਨ ਸਿੰਘ, ਜੀਤ ਸਿੰਘ ਸ਼ੀਤਲ ਇਹਨਾਂ ਨੇ ਕਿਹਾ ਜੀ ਕਿ ਹਾਫਿਜ਼ ਮਹਾਨ ਸਾਹਿਤਕਾਰ ਹੈ, ਯੂਸਫ ਜੁਲੈਖਾ ਨੂੰ ਨਿਪੁੰਨ ਕਾਵਿ ਦਾ ਨਮੂਨਾ ਮੰਨਿਆ। ਕਿਹਨੇ ਕਿਹਨੇ ਜੀ? ਮੋਹਨ ਸਿੰਘ ਨੇ, ਡਾਕਟਰ ਜੀਤ ਸਿੰਘ ਸ਼ੀਤਲ ਨੇ, ਇਹਨਾਂ ਨੇ ਉਹਨੂੰ ਸਫਲ ਕਿਹਾ। ਪਰ ਸੱਚਾਈ ਕੀ ਹੈ ਜੀ? ਸੱਚਾਈ ਇਹ ਹੈ ਜੀ, ਜਦੋਂ ਇਹਦਾ ਵਿਸ਼ਲੇਸ਼ਣ ਹੋਇਆ ਨਾ ਜੀ ਇਹਦੇ ਕਿੱਸਿਆਂ ਦਾ, ਕਿਹਦੇ ਨਾਲ? ਪੀਲੂ ਦੇ ਨਾਲ, ਹਾਸ਼ਮ ਦੇ ਨਾਲ ਜਾਂ ਦਮੋਦਰ ਦੇ ਨਾਲ, ਫਿਰ ਇਹਦੀ ਕਿੱਸਾਕਾਰੀ ਬਹੁਤ ਸਧਾਰਨ ਪੱਧਰ 'ਤੇ ਆ ਗਈ। ਹਾਲਾਂਕਿ ਵਿਦਵਾਨ ਜਿਹੜੇ ਸੀਗੇ ਇਹ, ਉਹਨਾਂ ਨੇ ਇਸ ਚੀਜ਼ ਨੂੰ ਕਿਹਾ ਕਿ ਇਹਨੇ ਅੱਛਾ ਕਿੱਸਾ ਲਿਖਿਆ ਜੀ, ਬਹੁਤ ਸ਼ਾਨਦਾਰ ਇਹਦਾ ਕਿੱਸਾ, ਨਿਪੁੰਨ ਨੂੰ ਕਿਹਾ। ਪਰ ਜਦੋਂ ਇਹਦੀ ਕੰਪੈਰੀਜ਼ਨ ਹੋਇਆ ਪੀਲੂ ਦੇ ਨਾਲ ਜਾਂ ਹਾਸ਼ਮ ਦੇ ਨਾਲ, ਫਿਰ ਇਹ ਕਿਤੇ ਵੀ ਉਹਨਾਂ ਦੇ ਮੁਕਾਬਲੇ 'ਚ ਨਹੀਂ ਖੜ ਸਕੇ। ਠੀਕ ਹੈ ਜੀ, ਵਿਦਵਾਨਾਂ ਨੇ ਉਹਨੂੰ ਵਧੀਆ ਕਿੱਸਾਕਾਰ ਕਿਹਾ, ਨੋ ਡਾਊਟ ਹੈ ਜੀ, ਅੱਛਾ ਕਿੱਸਾਕਾਰ ਹੈ। ਯੂਸਫ ਜੁਲੈਖਾ ਦੇ ਆਧਾਰ 'ਤੇ ਉਹਨੂੰ ਪਰਖ ਰਹੇ ਹੈ, ਯੂਸਫ ਜੁਲੈਖਾ ਨੂੰ ਦੇਖਦੇ ਆ ਜੀ, ਉਹਨਾਂ ਨੂੰ ਲੱਗਦਾ ਬਹੁਤ ਅੱਛਾ ਕਿੱਸਾ ਹੈ। ਤੋ ਪਰ ਕੀ ਹੋਇਆ ਕਿ ਜਿਹੜੇ ਉਹਦੇ ਦੂਜੇ ਦੋ ਕਿੱਸੇ ਆ ਜੀ, ਮਿਰਜ਼ਾ ਸਾਹਿਬਾ ਔਰ ਸੱਸੀ ਪੁੰਨੂ, ਉਹਦੇ ਵਿੱਚ ਹਾਫਿਜ਼ ਵਰਖੋਦਾਰ ਦੀ ਕਾਰਗੁਜ਼ਾਰੀ ਜਿਹੜੀ ਉਹ ਮਾੜੀ ਸਿੱਧ ਹੋਈ। ਠੀਕ ਹੈ ਜੀ, ਮਿਰਜ਼ਾ ਸਾਹਿਬਾ ਵਿੱਚ ਧੁੱਪ ਚੋਰ ਵੀ ਸਿੱਧ ਹੁੰਦਾ ਹੈ ਨਾ, ਅਤੇ ਮਤਲਬ ਉਹਨੇ ਥੋੜ੍ਹੀ ਚੀਜ਼ਾਂ ਉਹਦੇ ਵਿੱਚ ਚੋਰ ਨੂੰ ਇਸ ਲਈ ਕਿਹਾ ਕਿ ਪੀਲੂ ਵਾਲੀਆਂ ਚੀਜ਼ਾਂ ਜਿਹੜੀਆਂ ਉਹਨੇ ਚੁਰਾ ਲਈਆਂ। ਠੀਕ ਹੈ ਜੀ, ਅਤੇ ਪਿਆਰਾ ਸਿੰਘ ਭੋਗਲ ਨੇ ਕਿਹਾ ਕਿ ਦਮੋਦਰ ਔਰ ਵਾਰਿਸ ਸ਼ਾਹ ਦੇ ਮੁਕਾਬਲੇ ਉਹਨੂੰ ਚੰਗਾ ਕਵੀ ਕਹਿਣਾ ਮੁਸ਼ਕਲ ਹੈ। ਹੁਣ ਜਦੋਂ ਅਸੀਂ ਵਾਰਿਸ ਸ਼ਾਹ ਜਾਂ ਦਮੋਦਰ ਦੇ ਨਾਲ ਉਹਦਾ ਮੁਕਾਬਲਾ ਕਰਾਂਗੇ ਫਿਰ ਬਹੁਤ ਪਿੱਛੇ ਰਹਿ ਜੂਗਾ। ਠੀਕ ਹੈ ਜੀ, ਮਿਰਜ਼ਾ ਸਾਹਿਬਾਂ ਦੇ ਵਿੱਚ ਉਹਨੂੰ ਥੋੜ੍ਹਾ ਚੋਰ ਤਾਂ ਵੈਸੇ ਹਾਸ਼ ਸ਼ਬਦ ਹੈ ਕਹਿਣਾ, ਮੈਨੂੰ ਲੱਗਦਾ ਜ਼ਿਆਦਾ ਹੋ ਗਈ, ਪਰ ਫਿਰ ਵੀ ਉਹਨੇ ਪੀਲੂ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਆਪਣੇ ਕਿੱਸੇ ਦੇ ਵਿੱਚ ਹੂ ਬਹੂ ਉਤਾਰ ਦਿੱਤਾ, ਇਸ ਲਈ ਇਹ ਸ਼ਬਦ ਸ਼ਾਇਦ ਵਿਦਵਾਨਾਂ ਨੇ ਵਰਤਿਆ ਹੋਵੇਗਾ। ਪੰਜਾਬੀ ਵਿੱਚ ਹਾਫਿਜ਼ ਵਰਖੋਦਾਰ ਦਾ ਜਿਹੜਾ ਕਿੱਸਾ ਯੂਸਫ ਜੁਲੈਖਾਂ ਜੀ, ਉਹਨੂੰ ਕਿਹਨੇ ਸੰਪਾਦਨ ਕੀਤਾ ਜੀ? ਡਾਕਟਰ ਪਿਆਰਾ ਸਿੰਘ। ਠੀਕ ਹੈ ਜੀ, ਅਤੇ ਇਸ ਤੋਂ ਇਲਾਵਾ ਇੱਕ ਹੋਰ ਕਿੱਸਾ ਬਹੁਤ ਸਾਰੇ ਕਵੀਆਂ ਨੇ ਵੀ ਲਿਖਿਆ ਹੈਗਾ, ਪਰ ਜ਼ਿਆਦਾ ਜਿਹੜੀ ਪ੍ਰਸਿੱਧੀ ਉਹ ਹਾਫਿਜ਼ ਵਰਖੋਦਾਰ ਨੂੰ ਮਿਲੀ ਹੈ। ਠੀਕ ਹੈ ਜੀ, ਤੁਸੀਂ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ, ਸਬਸਕ੍ਰਾਈਬ ਕਰ ਲਓ। ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਦੇ ਵਿੱਚ ਲਿਖਿਓ। ਕੱਲ੍ਹ ਇੱਕ ਬੱਚੇ ਨੇ ਲਿਖਿਆ ਸੀ ਕਿ ਸਰ ਕੁਐਸਚਨ ਸੀਰੀਜ਼ ਕਰਾਇਆ ਕਰੋ, ਇਹ ਥੋੜ੍ਹਾ ਬੋਰਿੰਗ ਹੋ ਜਾਂਦਾ ਲੈਕਚਰ ਵਾਲਾ। ਹਾਂ, ਬੋਰਿੰਗ ਤਾਂ ਹੈ, ਪਰ ਅਸੀਂ ਕੰਸੈਪਟ ਨੂੰ ਨਹੀਂ ਸਮਝ ਪਾਉਂਦੇ, ਅਸੀਂ ਚੀਜ਼ਾਂ ਨੂੰ ਨਹੀਂ ਯਾਦ ਰੱਖ ਸਕਦੇ। ਇਹ ਕਲੀਅਰ ਲੈ ਕੇ ਚੱਲਿਓ, ਦੇਖੋ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਜਾਣਾ ਚਾਹੋਗੇ, ਮੇਰੀ ਗੱਲ ਨੂੰ ਨੋਟ ਕਰ ਲਿਓ ਇਸ ਨੂੰ, ਅਸੀਂ ਚੀਜ਼ਾਂ ਨੂੰ ਕਦੇ ਵੀ ਯਾਦ ਨਹੀਂ ਰੱਖ ਸਕਦੇ। ਕੰਸੈਪਟ ਜਿਹੜੇ ਸੰਕਲਪ ਹੈ, ਸੰਕਲਪ ਸਾਨੂੰ ਯਾਦ ਰਹਿੰਦੇ, ਸੰਕਲਪ ਨੂੰ ਯਾਦ ਕਰੀਏ ਚੀਜ਼ਾਂ ਸਾਨੂੰ ਆਪਣੇ ਆਪ ਯਾਦ ਹੋ ਜਾਣਗੀਆਂ। ਪੀਲੂ ਕੀ ਹੈ, ਹਾਫਿਜ਼ ਵਰਖੋਦਾਰ ਕੀ ਹੈ, ਦਮੋਦਰ ਕੀ ਹੈ, ਉਹਦਾ ਕੰਸੈਪਟ ਯਾਦ ਕਰ ਲਓ, ਸਮਝ ਲਓ, ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਆਪਣੇ ਆਪ ਯਾਦ ਹੋ ਜੂਗੀਆਂ। ਪੀਲੂ ਦੇ ਬਾਰੇ 'ਚ ਜਾਂ ਹਾਫਿਜ਼ ਵਰਖੋਦਾਰ ਦੇ ਬਾਰੇ 'ਚ ਬੇਟਾ ਇਹਨੂੰ ਤੁਸੀਂ ਸਮਝੋ, ਮੈਂ 1000 ਕੁਐਸਚਨ ਬਣਾ ਸਕਦਾ ਇਹਨਾਂ ਕਿੱਸਾਕਾਰਾਂ ਦੇ ਬਾਰੇ 'ਚ, 1000 ਕੁਐਸਚਨ ਦੀ ਸੀਰੀਜ਼ ਖੜੀ ਕਰ ਦਊਂਗਾ, ਪਰ ਫਾਇਦਾ ਕੀ ਹੋਊਗਾ? ਜਦੋਂ ਬੱਚਿਆਂ ਦੇ ਕੰਮ ਨਹੀਂ ਆਊਗੀ ਉਹਦਾ ਕੀ ਲਾਭ ਹੈ? ਉਹ ਵੀਡੀਓ 100 ਬਣਾ ਕੇ ਇੱਥੇ ਪਾ ਦਈਏ, ਕਿੱਸੇ ਦੇ ਉੱਪਰ 1000 ਕੁਐਸਚਨ ਬਣਾ ਦਈਏ, ਫਾਇਦਾ ਕੀ ਹੋਊਗਾ ਉਸ ਚੀਜ਼ ਦਾ? ਠੀਕ ਹੈ, ਆਪਾਂ ਉਸ ਚੀਜ਼ ਦਾ ਲਾਭ ਤਾਂ ਹੈ ਜੇ ਬੱਚੇ ਗੱਲ ਨੂੰ ਸਮਝਣ, ਪੇਪਰ ਦੇ ਵਿੱਚ ਉਹਨਾਂ ਨੂੰ ਚੀਜ਼ ਉਹ ਕੰਮ ਆਵੇ, ਉਹੀ ਚੀਜ਼ ਦਾ ਲਾਭ ਹੁੰਦਾ।
हाँ हो सकता कि मेरा जो स्टाइल है बोलने का या एक्सप्लेन करने का वो थोड़ा तुहानू तो जरूर इस तरह लगे होवे कि बोरिंग है, तो उसके लिए सॉरी है जी। नैक्सट टाइम इंप्रूव करने की कोशिश करूँगा मैं। तुसी कमेंट के जरूर दस्यो किस तरह की लगी तुहानू वीडियो। तुसी जुड़े रहो जी साडे चैनल दे नाल। चैनल का नाम है जी Master07। लगातार साड़ियाँ वीडियोज़ असी अपलोड कर रहे हैं जी, सारे जिन्हें भी टॉपिक है जी पंजाबी विषय के नाल संबंधित, और SST की सीरीज़ जी भी जल्दी शुरू कर जा रहे हैं। कुछ होर भी एग्जाम है जी उन्होंने रिलेटिड, बच्चों ने कहा कि सर वीडियोज़ अपलोड करो, वो भी असी अपलोड करांगे। तो जो जरूरत कोई तुहानू किसी तरह की वीडियो की तुसी कमेंट के या सानू ईमेल के दस सकते हो जी। ईमेल साड़ी डिस्क्रिप्शन बॉक्स के दिती होंगी है जी, तुम साढ़े कॉन्टैक्ट कर सकते हो। चैनल के नाल जुड़े रहो जी Master07। तो जे तुम सबसक्राइब नहीं किया है कर लो। तो वीडियो देखने के लिए बहुत धन्यवाद जी। सत श्री अकाल जी सारे।